ਕੀ ਤੁਸੀਂ ਕੈਨੇਡਾ ਦੇ ਵਿਜ਼ਟਰ ਵੀਜ਼ੇ ਵਾਸਤੇ ਅੰਬੈਸੀ ਦੇ ਵਿੱਚ ਅਪਲੀਕੇਸ਼ਨ ਜਮ੍ਹਾਂ ਕਰਾਈ ਹੋਈ ਹੈ ਕੀ ਤੁਸੀਂ ਆਪਣੇ ਵਿਜ਼ਟਰ ਵੀਜ਼ੇ ਦੀ ਅਪਲੀਕੇਸ਼ਨ ਦਾ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹੋ ਕੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਤੁਹਾਡਾ ਵੀਜ਼ਾ ਤੁਹਾਨੂੰ ਛੇਤੀ ਮਿਲ ਜਾਣਾ ਚਾਹੀਦਾ ਹੈ ਤੇ ਦੋਸਤੋ ਇਹ ਖਬਰ ਤੁਹਾਡੇ ਵਾਸਤੇ ਬਹੁਤ ਲਾਹੇਵੰਦ ਹੈ ਮੈਂ ਜਸਕਰਨ ਸਿੰਘ ਤਲੋਂ এবੀ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਕੈਨੇਡਾ ਤੋਂ ਨਿੱਘਾ ਸਵਾਗਤ ਕਰਦਾ ਹਾਂ ਜੀ ਦੋਸਤੋ ਕੈਨੇਡਾ ਦੀ ਇੱਕ ਮੰਨੀ ਪਰਮੰਨੀ ਅਖਬਾਰ ਗਲੋਬਲ ਬੇਲ ਨੇ ਅੱਜ ਇੱਕ ਖਬਰ ਛਾਪੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਇੱਕ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਗਿਣਤੀ ਕੁਝ 7 ਲੱਖ ਦੇ ਕਰੀਬ ਦੱਸੀ ਗਈ ਹੈ ਉਹਨਾਂ ਦੀ ਐਪਲੀਕੇਸ਼ਨ ਇੱਕ ਝਟਕੇ ਦੇ ਵਿੱਚ ਕੈਨੇਡਾ ਸਰਕਾਰ ਜਿਹੜੀਆਂ ਨੇ ਉਹ ਪ੍ਰੋਸੈਸ ਕਰਨ ਜਾ ਰਹੀ ਹੈਗੀ ਹੈ ਤੁਸੀਂ ਜਿਸ ਤਰ੍ਹਾਂ ਜਾਣਦੇ ਹੈਗੇ ਹੋ ਕਿ ਪੈਂਡੈਮਿਕ ਤੋਂ ਸ਼ੁਰੂ ਹੋ ਕੇ ਹੁਣ ਤਾਈ ਕੈਨੇਡਾ ਸਿਰਫ ਕੈਨੇਡਾ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਇਆ ਚਾਹੇ ਉਹ ਸਟੂਡੈਂਟ ਨੇ ਚਾਹੇ ਉਹ ਵਿਜ਼ਟਰ ਨੇ ਚਾਹੇ ਉਹ ਵਰਕ ਪਰਮਿਟ ਹੋਲਡਰ ਨੇ ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਹੈਗੇ ਨੇ ਪਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦੀ ਐਪਲੀਕੇਸ਼ਨਾਂ ਬਹੁਤ ਸਾਰੇ ਮਹੀਨਿਆਂ ਤੋਂ ਲੰਮਕੀਆਂ ਹੋਈਆਂ ਨੇ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਜਿਹੜੀ ਔਸਤਨ 30 ਦਿਨ ਦੇ ਵਿੱਚ ਵਿੱਚ ਪ੍ਰੋਸੈਸ ਹੋ ਜਾਣੀ ਚਾਹੀਦੀ ਹੈਗੀ ਉਹਨਾਂ ਨੂੰ ਲੱਗਿਆਂ ਨੂੰ 6 ਤੋਂ ਲੈ ਕੇ 9 ਮਹੀਨੇ ਵੀ ਕਈਆਂ ਨੂੰ ਹੋ ਗਿਆ ਨੇ ਜਾਂ ਹਲੇ ਤੱਕ ਫੈਸਲੇ ਨਹੀਂ ਆਏ ਹੈਗੇ ਬਹੁਤ ਸ ਆਰਾ ਕੁਝ ਹੋ ਗਿਆ ਫੋਰਨ ਦੇ ਫਾਈਨਲ ਵੀਜ਼ੇ ਆਉਣੇ ਹੈਗੇ ਨੇ ਜਿਹੜੇ ਹਲੇ ਤੱਕ ਉਹ ਪ੍ਰੋਸੈਸ ਨਹੀਂ ਹੋ ਰਹੇ ਹੈਗੇ ਔਰ ਜਿਨ੍ਹਾਂ ਨੂੰ ਕਿ ਲੋੜੋਂ ਜ਼ਿਆਦਾ ਸਮਾਂ ਲੱਗ ਰਿਹਾ ਜਿਸ ਤਿੱਕੇ ਕਿਸੇ ਨੂੰ ਵੀ ਕੋਈ ਵੀ ਕੋਈ ਕੰਕਰੀਟ ਗੱਲ ਗਵਰਨਮੈਂਟ ਵੱਲੋਂ ਨਹੀਂ ਦੱਸੀ ਜਾ ਰਹੀ ਕਿ ਇਹ ਕਿਉਂ ਹੋ ਰਿਹਾ ਪਰ ਲਗਾਤਾਰ ਇੱਕ ਜਿਹੜਾ ਪ੍ਰੈਸ਼ਰ ਹੈਗਾ ਕੈਨੇਡਾ ਸਰਕਾਰ ਉੱਤੇ ਬਣਿਆ ਹੋਇਆ ਟਰੂਟੋ ਸਰਕਾਰ ਨੇ ਜਿੰਨੀ ਵਾਵਾਖੱਟੀ ਸੀ ਕੈਨੇਡਾ ਦੇ ਵੀਜ਼ੇ ਦੇਣ ਦੇ ਵਿੱਚ ਜਿੰਨੀ ਵਾਵਾਖੱਟੀ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਉਨੀ ਹੀ ਕਿਰਕਰੀ ਐਸੋੜੇ ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਦੀ ਹੋ ਰਹੀ ਹੈਗੀ ਕਿਉਂਕਿ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੋਈ ਵੀ ਕੰਕ੍ਰੀਟ ਜਿਹੜਾ ਕੋਈ ਕੋਈ ਸੋਲੂਸ਼ਨ ਜਾਂ ਕੋਈ ਸਟੇਟਮੈਂਟ ਜਿਹੜੀ ਹੈਗੀ ਉਹ ਹਾਲੇ ਤੱਕ ਵੀ ਜਿਹੜੀ ਹੈਗੀ ਉਹ ਨਹੀਂ ਦਿੱਤੀ ਗਈ ਔਰ ਜਿਸ ਤੇ ਚਲਦੇ ਆਂ ਔਰ ਜਿਸਤੇ ਚਲਦੇ ਆ ਕੈਨੇਡਾ ਦੇ ਜਿਹੜਾ ਇਮੀਗ੍ਰੇਸ਼ਨ ਵਿਭਾਗ ਮੋਤੇ ਬਹੁਤ ਵੱਡਾ ਦਬਾਅ ਜਿਹੜਾ ਲਗਾਤਾਰ ਬਣਿਆ ਹੋਇਆ ਔਰ ਇਸ ਦਬਾਅ ਦੇ ਚਲਦਿਆਂ ਹੋਇਆ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਇਹ ਵੀ ਕਿਤੇ ਨਾ ਕਿਤੇ ਡਰ ਸਤਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਲਾ ਸੂਟ ਜਿਹੜੇ ਹੈਗੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਖਿਲਾਫ ਲੋਕਾਂ ਵੱਲੋਂ ਫੈਡਰਲ ਕੋਰਟ ਦੇ ਵਿੱਚ ਦਰਜ ਕਰਵਾਏ ਜਾ ਸਕਦੇ ਹੈਗੇ ਨੇ ਔਰ ਇਹ ਸਾਰਾ ਕੁਝ ਕਹਿਣਾ ਜੀ ਗਲੋਬਲ ਅਖਬਾਰ ਗਲੋਬਲ ਮੇਲ ਅਖਬਾਰ ਦੇ ਵਿੱਚ ਛਪੀ ਹੋਈ ਖਬਰ ਦਾ ਸੋ ਇਹਦੇ ਵਿੱਚ ਕੋਈ ਵੀ ਚੀਜ਼ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਇਹਦੇ ਵਿੱਚ ਕੋਈ ਵੀ ਚੀਜ਼ ਇਮੀਗ੍ਰੇਸ਼ਨ ਮੰਤਰੀ ਵੱਲੋਂ ਹਲੇ ਤੱਕ ਜਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਹ ਸਟੇਟਮੈਂਟ ਹਲੇ ਨਹੀਂ ਦਿੱਤੀ ਗਈ ਹੈਗੀ ਪਰ ਇਹਦੇ ਵਿੱਚ ਆਪਾਂ ਸਾਰੀ ਇੱਕ ਓਵਰਆਲ ਆਪਾਂ ਗੱਲ ਕਰ ਰਹੇ ਹੈਗੇ ਆ ਸੋ ਜਿਹੜੀਆਂ ਹੁਣ ਆਪਾਂ ਗੱਲ ਕਰ ਰਹੇ ਗਲੋਬਲ ਮੇਲ ਦੀ ਗਲੋਬਲ ਮੇਲ ਨੇ ਗੱਲ ਕਹੀ ਹੈਗੀ ਹੈ ਜੀ ਕਿ 7 ਲੱਖ ਦੇ ਕਰੀਬ ਉਹ ਜਿਹੜੀਆਂ ਵਿਜ਼ਟਰ ਵੀਜ਼ੇ ਦੀ ਅਪਲੀਕੇਸ਼ਨਾਂ ਥਰੋਅਆਊਟ ਦ ਵਰਲਡ ਜਿਹੜੀਆਂ ਕੈਨੇਡਾ ਦੀ ਅਲੱਗ-alag ਐਮਬੈਸੀਆਂ ਦੇ ਵਿੱਚ ਜਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਡਾਟਾਬੇਸ ਵਿੱਚ ਲੱਗੀਆਂ ਜਿਨ੍ਹਾਂ ਤੁਹੇ ਪਰ ਤਾਂ ਸਮਾ ਹੋ ਗਿਆ ਉਹਨਾਂ ਨੂੰ ਹਲੇ ਤੱਕ ਵਿਜ਼ਟਰ ਵੀਜਾ ਦੀ ਅਪਲੀਕੇਸ਼ਨ ਦਾ ਕੋਈ ਵੀ ਫੈਸਲਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਿਪਟਾਰਾ ਉਹਨਾਂ ਨੂੰ ਹੋ ਕੇ ਨਹੀਂ ਵਾਪਸ ਮਿਲਿਆ ਸੋ ਜਿਸ ਤੇ ਚੱਲਦੇ ਆ ਇਸ ਵੇਲੇ ਕੈਨੇਡਾ ਸਰਕਾਰ ਆਪਣੇ ਵਿਜ਼ਟਰ ਵੀਜੇ ਦੀ ਪਾਲਿਸੀ ਨੂੰ ਚੇਂਜ ਕਰਦਿਆਂ ਹੋਇਆ ਇੱਕ ਵੱਡੀ ਚੇਂਜ ਕਰ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਸੈਕਸ਼ਨ 179 ਹੁੰਦਾ ਜਿਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਜਿਹੜਾ ਵੀ ਬੰਦਾ ਅਪਲੀਕੇਸ਼ਨ ਵਿਜ਼ਟਰ ਵੀਜੇ ਦੀ ਆਪਣੀ ਜਮ੍ਹਾਂ ਕਰਵਾ ਰਿਹਾ ਕਿ ਉਹਦੇ ਕੋਲ ਇੰਨੇ ਇੱਕ ਫੰਡ ਹੈਗੇ ਨੇ ਕਿ ਉਹ ਕੈਨੇਡਾ ਜਾ ਕੇ ਵਾਪਸ ਆ ਜਾਏਗਾ ਕਿ ਉਹਦੇ ਕੋਈ ਇਹੋ ਜਿਹੇ ਕਾਰਨ ਹੈਗੇ ਨੇ ਕਿ ਉਹ ਵਾਪਸ ਆਵੇ ਕਿ ਅਜੇ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ ਜਿਦਾ ਬੈਂਕ ਬੈਲੈਂਸ ਹੋ ਜਾਂਦਾ ਤੁਹਾਡਾ ਤੁਹਾਡੀਆਂ ਸਟੈਬਲਿਸ਼ਮੈਂਟਸ ਵੀ ਤਰ੍ਹਾਂ ਕਿੰਨੇ ਕ ਸਟੈਬਲਿਸ਼ ਆ ਗਏ ਹੋ ਤੁਹਾਡੀ ਫੈਮਿਲੀ ਟਾਈਜ਼ ਕੀ ਹੈਗੀਆਂ ਨੇ ਔਰ ਕਿਹੜੇ-ਕਿਹੜੇ ਕੰਪੈਲਿੰਗ ਰੀਜ਼ਨ ਹੋਣਗੇ ਤੁਸੀਂ ਕੈਨੇਡਾ ਛੱਡ ਕੇ ਵਾਪਸ ਆਪਣੇ ਮੁਲਕ ਪਰਤ ਜਾਓਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਸੈਕਸ਼ਨ 179 ਦੇ ਕਹੋ ਵੀ ਲੈਂਜ਼ ਦੇ ਨਾਂ ਦੇਖਿਆ ਜਾਂਦਾ ਸੀਗਾ ਤਾਂ ਜਦੋਂ ਹੁਣ ਅਸੀਂ ਉਹ ਵਾਲਾ ਲੈਂਜ਼ੀ ਵਿੱਚੋਂ ਕੱਢ ਦਵਾਂਗੇ 179 ਵਾਲਾ ਤੇ عموماں ਹੀ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹਨਾਂ ਦਾ ਪੋਜ਼ਿਟਿਵ ਡਿਸੀਜਨ ਆਉਣ ਦਾ ਜਿਹੜਾ ਇੱਕ ਆਪਾਂ ਗੱਲ ਕਰੀਏ ਕਿ ਹਾਲਾਤ ਉਹਨਾਂ ਦੇ ਢਾਪਣਗੇ ਵੀ ਸਾਡੇ ਪੋਜ਼ਿਟਿਵ ਡਿਸੀਜਨ ਹੀ ਆਉਣਗੇ ਸੋ ਜਿਸ ਤਰ੍ਹਾਂ ਚੱਲਦੇ ਆ ਬਹੁਤ ਸਾਰੇ ਲੋਕ ਜਿਹਨਾਂ ਦੇ ਵੀਜ਼ੇ ਆਉਣ ਵਾਲੇ ਸਮੇਂ ਦੇ ਵਿੱਚ ਇੱਕਦਮ ਆ ਸਕਦੇ ਹੈਗੇ ਨੇ ਇਹ ਉਮੀਦ ਕੀਤੀ ਜਾ ਸਕਦੀ ਹੈ ਜੇ ਅਸੀਂ ਗਲੋਬਲ ਮਿਲਦੀ ਅਖਬਾਰ ਨੂੰ ਅਸੀਂ ਆਧਾਰ ਮੰਨ ਕੇ ਚੱਲੀਏ ਤੇ ਔਰ ਇਸ ਤੀਜਨ ਨੂੰ ਦੇਖਿਓ ਜੇ ਇਸ ਤਰ੍ਹਾਂ ਹੋ ਜਾਂਦਾ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਉਹ ਨੂੰ ਲੈ ਕੇ ਦੋ ਤਰ੍ਹਾਂ ਅੱਗੇ ਬੈਠੀਆਂ ਨੇ ਜਿਹਦੇ ਵਿੱਚ ਆਪੋਜੀਸ਼ਨ ਵੀ ਹੈਗੀ ਹੈ ਜਾਂ ਇਮੀਗ੍ਰੇਸ਼ਨ ਕ੍ਰਿਟਿਕ ਵੀ ਹੈਗੇ ਨੇ ਉਹਨਾਂ ਦੇ ਆਪੋ ਆਪਣੇ ਇਹਦੇ ਵਿੱਚ ਹਜੇ ਖਿਆਲ ਹੈਗੇ ਨੇ ਕਿਉਂਕਿ ਇਹ ਇੱਕ ਬਹੁਤ ਵੱਡੀ ਚੇਂਜ ਹੋਵੇਗੀ ਜਿਹਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਦੇ ਕੋਲੇ ਪਾਵਰ ਹੁੰਦੀ ਹੈ ਕਿ ਉਹ ਆਪਣੀ ਅਥਾਰਟੀਟੇਟਿਵ ਪਾਵਰ ਯੂਜ਼ ਕਰਕੇ ਇਹ ਚੀਜ਼ਾਂ ਨੂੰ ਆਪਣੇ ਆਪ ਦੇ ਵਿੱਚ ਆਪਣੀ ਪਾਵਰ ਯੂਜ਼ ਕਰਕੇ ਉਹਨੂੰ ਕਿਸੇ ਹੋਰ ਤੋਂ ਪਰਮਿਸ਼ਨ ਲਾਉਣ ਦੀ ਲੋੜ ਨਹੀਂ ਹੈਗੀ ਕਿ ਉਹ ਇਹ ਚੀਜ਼ ਨੂੰ ਅਬੋਲਿਸ਼ ਕਰਕੇ ਇਸ ਸੈਕਸ਼ਨ ਨੂੰ ਅਬੋਲਿਸ਼ ਕਰਕੇ ਵੀਜ਼ਾ ਦੇ ਸਕਦਾ ਹੈਗਾ ਸੋ ਇਸ ਚੀਜ਼ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਿੰਨੇ ਲੋਕ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਨੇ ਕਿਉਂਕਿ ਇੱਥੇ ਦੇ ਜਿਹੜੇ ਕ੍ਰਿਟਿਕ ਹੈਗੇ ਨੇ ਉਹਨਾਂ ਦੇ ਮੰਨਣਾ ਹੈਗਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇੰਡੀਆ ਤੋਂ ਤੇ ਨਾਈਜੀਰੀਆ ਤੋਂ ਇੱਥੇ ਆਉਂਦੇ ਨੇ ਔਰ ਇੰਡੀਆ ਦਾ ਜਿਹੜਾ ਅਸੈਲਮ ਰੇਟ ਹੈਗਾ ਜਾਂ ਇੰਡੀਅਨਸ ਜਿਹੜੇ ਆ ਕੇ ਕੈਨੇਡਾ ਦੇ ਵਿੱਚ ਅਸੈਲਮ ਪਾਉਂਦੇ ਨੇ ਰਿਫਿਜੀ ਕੇਸ ਲਾਉਂਦੇ ਨੇ ਉਹ ਪਹਿਲੇ ਟੌਪ 10 ਕੰਟਰੀਆਂ ਦੇ ਵਿੱਚ ਆਉਂਦੇ ਹੈਗੇ ਨੇ ਸੋ ਇਹ ਵੀ ਦੇਖਣ ਚਾਹਵੇਗਾ ਕਿ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਆ ਕੇ ਰਿਫਿਜੀ ਕੇਸ ਵੀ ਲਾਉਣਗੇ ਜੋ ਜਦੋਂ ਅਸੀਂ ਮਾਦੀ ਖਤਮ ਕਰ ਦੇਣੀ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਵਾਪਸ ਜਾਓਗੇ ਜਾਂ ਤੁਸੀਂ ਜਾਣਾ ਹੈਗਾ ਜਾਂ ਤੁਹਾਡੇ ਕੀ ਕਾਰਨ ਹਨ ਕਿ ਤੁਸੀਂ ਵਾਪਸ ਜਾਓਗੇ ਤੇ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਲੱਗਣਗੇ ਵੀ ਸੋ ਬਹੁਤ ਸਾਰੇ ਲੋਕ ਕੈਨੇਡਾ ਦੀ ਧਰਤੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਪਹੁੰਚ ਸਕਦੇ ਹੈਗੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਆ ਜੀ ਔਰ ਇਸ ਚੀਜ਼ ਨੂੰ ਇਸ ਖਬਰ ਨੂੰ ਹੁਣ ਇਸ ਤਰੀਕੇ ਨਾਲ ਨਾਮ ਮੰਨਿਆ ਜਾਵੇ ਕਿ ਅਸੀਂ ਫਟਾਫਟ ਐਪਲੀਕੇਸ਼ਨਾਂ ਲਾ ਦਈਏ ਔਰ ਇਹਨਾਂ ਐਪਲੀਕੇਸ਼ਨਾਂ ਤੇ ਵੀ ਇਸ ਤਰ੍ਹਾਂ ਦਾ ਹੀ ਫੈਸਲਾ ਆਵੇਗਾ ਕਿਉਂਕਿ ਬਹੁਤ ਸਾਰੀ ਏਜੰਟਸ ਨੇ ਇੰਜ ਦੀਆਂ ਐਡਾ ਹੁਣ ਕੱਢਣੀਆਂ ਸ਼ੁਰੂ ਕਰ ਦੇਣੀਆਂ ਨੇ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਵਾਲੀਆਂ ਐਪਲੀਕੇਸ਼ਨਾਂ ਜਿਹੜੀਆਂ 7 ਲੱਖ ਹੈਗੀਆਂ ਨੇ ਇਹ ਸਿਰਫ ਦਸੰਬਰ ਤੱਕ ਦੀਆਂ ਗਿਣੀਆਂ ਜਾਣਗੀਆਂ ਜਿਹਨਾਂ ਦੀ ਐਪਲੀਕੇਸ਼ਨਾਂ ਪਹਿਲੋ ਸਬਮਿਟ ਹੋ ਚੁੱਕੀਆਂ ਨੇ ਐਂਬੈਸੀ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਜਾਂ ਕਹਿ ਲਈ 31 ਦਸੰਬਰ ਤੱਕ ਅਪਲੀਕੇਸ਼ਨਾਂ ਜਾ ਚੁੱਕੀਆਂ ਸੀ ਪਰ ਜੇ ਤੁਸੀਂ ਅਪਲੀਕੇਸ਼ਨ ਜਨਵਰੀ ਮਹੀਨੇ ਦੇ ਵਿੱਚ ਲਾ ਰਹੇ ਹੈਗੇ ਹੋ ਤੇ ਇਹ ਪਾਲਿਸੀ ਉਹਨਾਂ ਦੇ ਉੱਤੇ ਲਾਗੂ ਨਹੀਂ ਹੋਵੇਗੀ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਜੋ ਲੁੱਟਖੋਟ ਤੋਂ ਆਪਣਾ ਵਿਚਾਰ ਰੱਖਿਓ ਇਸ ਵੀਡੀਓ ਬਣਾਉਣ ਦਾ ਮੇਰਾ ਖਾਸ ਇਹੀ ਮਕਸਦ ਹੁੰਦਾ ਹੈ ਕਿਉਂਕਿ ਗੱਲ ਕਿਸੇ ਹੋਰ ਰੂਪ ਦੇ ਵਿੱਚ ਕਹੀ ਗਈ ਹੁੰਦੀ ਹੈ ਪਰ ਉਸ ਗੱਲ ਦੀ ਜਿਹੜੀ ਟ੍ਰਾਂਸਲੇਸ਼ਨ ਆ ਜਾਂ ਉਹ ਜਿਹੜਾ ਨੈਰੇਟਿਵ ਹੈਗਾ ਆ ਉਹ ਇਸ ਤਰ੍ਹਾਂ ਦੇ ਨਾਲ ਘੜ ਦਿੱਤਾ ਜਾਂਦਾ ਹੈ ਕਿ ਆਮ ਬੰਦੇ ਨੂੰ ਇੰਝ ਲੱਗਦਾ ਹੈ ਕਿ ਇਹ ਵਾਕਈ ਸ਼ਾਇਦ ਮੇਰਾ ਵੀ ਵੀਜ਼ਾ ਇੰਜ ਹੀ ਆ ਜਾਣਾ ਹੈਗਾ ਸੋ ਦੋਸਤੋ ਸਮੇਂ-ਸਮੇਂ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਆਉਂਦੀ ਰਹਿੰਦੀ ਹੈ ਔਰ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਹੋਣੀਆਂ ਨੇ ਔਰ ਇਸ ਦੇ ਨਾਲ-ਨਾਲ ਇੱਕ ਹੋਰ ਵੱਡੀ ਖਬਰ ਹੈ ਜੀ ਉਹ ਵੀ ਤੁਸੀਂ ਜ਼ਰੂਰ ਨਾਲ ਲੋਡ ਕਰ ਲਿਓ ਅ ਕਈਆਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਆਪਾਂ ਮੇਰੇ ਖਿਆਲ ਦੇ ਨਾਲ ਵੀਡੀਓ ਕਾਫੀ ਲੰਬੀ ਹੋ ਗਈ ਅਗਲੀ ਵੀਡੀਓ ਜੇ ਆਪਾਂ ਦੱਸਦੇ ਹਾਂ ਜੀ ਤੇ ਬਣੇਰੋ ਸਾਡੇ ਨਾਲ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤੇ ਤੁਹਾਡਾ ਧੰਨਵਾਦ ਸਾਡੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅਗਰ ਤੁਹਾਡੇ ਕੋਈ ਕੀਮਤੀ ਵਿਚਾਰ ਹੋਣ ਤੇ ਸਾਨੂੰ ਕਮੈਂਟਸ ਵਿੱਚ ਦੂਰ ਦੱਸਿਓ ਜੀ ਇਸੇ ਨਾਲ ਦੀ ਉਹ ਜੀ ਇਜਾਜ਼ਤ ਰੱਬ ਰੱਖਾ